ਗੁਰੂ ਸਵਾਰਿਓ ਜੀ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਵਿਕ ਹੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਹ ਸਿੱਖ ਦੀ ਤਸਵੀਰ ਵੀ ਪਿਛਲੇ ਕਈ ਦਿਨਾਂ ਤੋਂ ਦੇਖਦੇ ਆ ਰਹੇ ਹਾਂ। ਅੱਜ ਆਖਰੀ ਪੜਾਅ ਤੇ ਪਹੁੰਚ ਗਏ ਹੈ। ਆਖਰੀ ਪੰਕਤੀ ਦੀ ਵਿਚਾਰ ਸਾਂਝੀ ਕਰਨੀ ਹੈ। ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਹ ਪੰਕਤੀ ਦੀ ਵਿਚਾਰ ਆਪਾਂ ਅੱਜ ਸਾਂਝੀ ਕਰਨੀ। ਜਿਸ ਗੁਰੂ ਕੇ ਪਿਆਰੇ ਨੇ ਸਿੱਖੀ ਦੀ ਕਮਾਈ ਇਹੋ ਜਿਹੀ ਕੀਤੀ, ਇਵੇਂ ਦਾ ਨਾਮ ਜਪਿਆ, ਗੁਰੂ ਦੇ ਦੱਸੇ ਹੋਏ ਰਾਹ 'ਤੇ ਤੁਰਿਆ, ਆਖਰ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ। ਤਿੰਨ ਪੜਾਅ ਹੁੰਦੇ ਨੇ ਸਾਡੀ ਜ਼ਿੰਦਗੀ ਦੇ, ਇੱਕ ਸਿੱਖਿਆ, ਦੂਜੀ ਪ੍ਰੀਖਿਆ, ਤੀਜੀ ਪ੍ਰਵਾਨਗੀ। ਅਸੀਂ ਪੜ੍ਹਦੇ ਲੰਮਾ ਸਮਾਂ, ਸਿੱਖਿਆ ਦਾ ਹਮੇਸ਼ਾ ਲੰਮਾ ਸਮਾਂ ਹੋਇਆ ਕਰਦਾ, ਪਰ ਪ੍ਰੀਖਿਆ ਦਾ ਸਮਾਂ ਬਹੁਤ ਥੋੜ੍ਹਾ ਹੋਇਆ ਕਰਦਾ। ਜੋ ਸਿੱਖਿਆ ਉਹ ਜਦੋਂ ਪਰਖਿਆ ਜਾਂਦਾ, ਜੇ ਉਹ ਪਾਸ ਹੋ ਜਾਏ ਫਿਰ ਉਹਨੂੰ ਰੁਤਬਾ ਮਿਲਦਾ। ਅੱਜ ਗੁਰੂ ਜੀ ਨੇ ਆਪਣੇ ਸਿੱਖ ਨੂੰ ਬਹੁਤ ਕਮਾਲ ਦਾ ਰੁਤਬਾ ਬਖਸ਼ਿਸ਼ ਕੀਤਾ, ਬਹੁਤ ਕਮਾਲ ਦਾ ਰੁਤਬਾ ਬਖਸ਼ਿਸ਼ ਕੀਤਾ। ਔਰ ਇਹ ਰੁਤਬਾ ਕਿਸੇ ਕੋਲ ਨਹੀਂ ਹੈ, ਬਾਕੀ ਧਰਮਾਂ 'ਚ ਇਹ ਰੁਤਬੇ ਨਹੀਂ ਮਿਲਦੇ। ਮੈਂ ਗੱਲ ਨੇੜੇ ਕਰਾਂ, ਇਸ ਪੰਕਤੀ ਦੇ ਵੀ ਆਪਾਂ ਕੁਝ ਹਿੱਸੇ ਬਣਾ ਕੇ ਇਹਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਗੱਲ, ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ, ਇੱਕ ਹਿੱਸਾ ਇਹ ਕਰਦੇ ਹਾਂ। ਪਹਿਲਾਂ ਗੁਰੂ ਜੀ ਆਪਣੇ ਸਿੱਖ ਤੋਂ ਕਿੱਡੇ ਕੁਰਬਾਨ ਜਾ ਰਹੇ ਨੇ। ਕਹਿਣ ਲੱਗੇ, ਪੁੱਤ ਹੁਣ ਮੇਰਾ ਜੀ ਕਰਦਾ ਤੇਰੇ ਚਰਨਾਂ ਦੀ ਧੂੜ ਚੁੱਕ ਕੇ ਮੈਂ ਮਸਤਕ ਤੇ ਲਾ ਲਾਂ। ਐਡੀ ਨਿਮਰਤਾ, ਐਡਾ ਵੱਡਾ ਰੁਤਬਾ ਸਿੱਖ ਨੂੰ, ਐਡਾ ਵੱਡਾ ਰੁਤਬਾ। ਗੁਰਬਾਣੀ ਵਿੱਚ ਬੜੇ ਪਿਆਰੇ ਬਚਨ ਆਏ ਨੇ। ਸਾਹਿਬ ਆਖਦੇ ਨੇ, ਜੋ ਜਨ ਲੇਹੇ ਖਸਮ ਕਾ ਨਾਉ, ਤਿੰਨ ਕੈ ਸਦ ਬਲਿਹਾਰੈ ਜਾਉ। ਜਿਹੜਾ ਇੱਕ ਵਾਰੀ
ਰੱਬ ਦਾ ਨਾਂ ਲੈਂਦਾ ਨਾ, ਮੈਂ ਉਹ ਤੋਂ ਕੁਰਬਾਨ ਜਾਂਦਾ, ਉਹ ਤੋਂ ਸਦਕੇ ਜਾਂਦਾ ਜਿਹੜਾ ਵਾਹਿਗੁਰੂ ਦੀ ਯਾਦ ਵਿੱਚ ਜੁੜਦਾ, ਪਰਮੇਸ਼ੁਰ ਦੇ ਚਰਨਾਂ ਵਿੱਚ ਜੁੜਦਾ, ਮੈਂ ਉਹ ਤੋਂ ਸਦਕੇ ਜਾਂਦਾ। ਇੱਥੇ ਬਸ ਨਹੀਂ, ਹਉਂ ਕੁਰਬਾਨੇ ਜਾਓ ਮਿਹਰਬਾਨਾ, ਹਉਂ ਕੁਰਬਾਨੇ ਜਾਓ, ਹਉਂ ਕੁਰਬਾਨੇ ਜਾਓ, ਤਿਨਾਂ ਕਹਿ ਲੈਣ ਜੋ ਤੇਰਾ ਨਾਉ। ਜਿਹੜੇ ਤੇਰੀ ਇਬਾਦਤ ਕਰਦੇ ਨੇ ਨਾ, ਮੈਂ ਉਹਨਾਂ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ, ਬਲਿਹਾਰੀ ਜਾਂਦਾ, ਜਿਨ੍ਹਾਂ ਨੇ ਆਪਣੀ ਜ਼ਬਾਨ ਦੀ ਨੋਕ ਨਾਲ ਸੱਚੇ ਨਾਮ ਦੀ ਗੱਲ ਕੀਤੀ ਹੈ। ਔਰ ਸਿੱਖ ਨੂੰ ਕਿੱਡੀ ਵੱਡੀ ਉੱਚੀ ਥਾਂ 'ਤੇ ਪਹੁੰਚਾ ਦਿੱਤਾ। ਸਾਹਿਬ ਕਹਿਣ ਲੱਗੇ, ਵੇਖ ਤੂੰ ਐਡੇ ਇਹ ਸਾਰੇ ਲੋਕਾਂ ਤੋਂ ਕਿੰਨਾ ਚੰਗਾ ਹੈ। ਇੱਕ ਲੰਮੀ ਲਿਸਟ ਹੈ, ਉਹ ਮੈਂ ਤੁਹਾਡੇ ਸਾਹਮਣੇ ਰੱਖਣ ਲੱਗੇ। ਕਹਿਣ ਲੱਗੇ ਨਾ, ਸਾਰੇ ਲੋਕਾਂ ਤੋਂ ਤੂੰ ਕਿਤੇ ਜ਼ਿਆਦਾ ਉੱਤਮ ਹੈ। ਪਾਵਨ ਬਚਨ ਹੈ, ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਸਤਰ ਸਿਮਰਤ ਬਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਘਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭੰਤੀ। ਇਹ ਸਾਰੀਆਂ ਗੱਲਾਂ ਕਰਨ ਵਾਲਾ ਜਿਹੜਾ ਸੰਸਾਰ ਹੈ, ਕਰੇ ਬਹੁ ਭੰਤੀ। ਹੁਣ ਗੁਰੂ ਜੀ ਸਿੱਖ ਨੂੰ ਦੱਸਣ ਲੱਗੇ ਨੇ, ਨਹੀਂ ਤੁਲ, ਤੁਲ ਮਤਲਬ ਇਹਦੇ ਕੰਪੈਰੇਟਿਵ, ਇਹਦੇ ਬਰਾਬਰ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਕਹਿੰਦੇ ਤੂੰ ਇੱਕ ਵਾਰੀ ਸਾਈਂ ਦਾ ਨਾਂ ਲੈ, ਇਹ ਸਾਰੇ ਲੋਕਾਂ ਨਾਲੋਂ ਤੂੰ ਉੱਤਮ ਹੈ ਗੁਰੂ ਕੇ ਪਿਆਰਿਆ। ਸਾਹਿਬ ਆਖਦੇ ਨੇ, ਕਹਿੰਦੇ ਮੈਂ ਉਹ ਤੋਂ ਕੁਰਬਾਨ ਜਾਂਦਾ, ਮੈਂ ਉਹ ਤੋਂ ਸਦਕੇ ਜਾਂਦਾ, ਬਲਿਹਾਰੀ ਜਾਂਦਾ ਜਿਹੜਾ ਰੱਬ ਦੇ ਚਰਨਾਂ ਵਿੱਚ ਜੁੜ ਗਿਆ, ਮੈਂ ਉਹ ਤੋਂ ਸਦਕੇ ਜਾਂਦਾ। ਬੜੇ ਐਸੇ ਬੋਲ ਹੋਰ ਵੀ ਨੇ, ਪਰ ਮੈਂ ਸਮੇਂ ਨੂੰ ਸੰਕੋਚਦਾ। ਦਾਤਾਰ ਨੇ ਕਿਰਪਾ ਕੀਤੀ, ਕਹਿਣ ਲੱਗੇ ਪੁੱਤ ਮੈਂ ਗੁਰੂ ਨੂੰ ਦੇਖਣ ਦੇ ਦੋ ਤਰੀਕੇ ਨੇ ਪਿਆਰਿਓ, ਚੇਤੇ ਰੱਖਿਓ। ਇੱਕ ਵਾਰੀ ਸਰਸਰੀ ਨਜ਼ਰ ਨਾਲ, ਜਿਵੇਂ ਗੁਰੂ ਦੇ ਪੁੱਤ ਦੇਖਦੇ ਨੇ ਵੀ ਇਹ ਸਾਡਾ ਤਾਂ ਬਾਪੂ ਹੈ ਨਾ। ਦੂਜੀ ਅੱਖ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਦੀ, ਦੁਨਿਆਵੀ ਅੱਖ ਦੇਖਦੀ ਹੈ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਕੁੜਮ ਨੇ, ਪਰ ਅੰਦਰਲਾ ਮਨ ਕਹਿੰਦਾ ਦੇਖੋ ਕਦੇ ਗੁਰੂ ਨਾਨਕ ਸਾਹਿਬ ਨੇ ਆਪਣੇ ਹੀ ਸੇਵਕ ਬਾਬੇ ਲਹਿਣੇ ਨੂੰ ਮੱਥਾ ਟੇਕ ਦਿੱਤਾ, ਦੁਨੀਆ ਨੂੰ ਦੱਸ ਦਿੱਤਾ ਸਾਡੇ ਘਰ ਵਿੱਚ ਸਿੱਖ ਦਾ ਕਿੱਡਾ ਵੱਡਾ ਰੁਤਬਾ ਹੈ, ਉਹ ਸਿੱਖ ਗੁਰੂ ਦੇ ਤਖ਼ਤ 'ਤੇ ਬੈਠ ਜਾਂਦਾ। ਇੱਥੇ ਇਹ ਨਹੀਂ ਸੀ ਕਿਹਾ ਵੀ ਮੈਂ ਤੁਹਾਡਾ ਆਜੜੀ ਹੈ ਅਤੇ ਤੁਸੀਂ ਮੇਰੀਆਂ ਭੇਡਾਂ ਹੋ, ਇਹ ਨਹੀਂ ਕਿਹਾ। ਬਾਕੀ ਜਿੰਨੇ ਵੀ ਗੁਰੂ ਪੀਰ ਹੋਏ ਨੇ ਉਹਨਾਂ ਨੇ ਕਦੇ ਆਪਣੇ ਸੇਵਕ ਨੂੰ ਆਪਣੇ ਤਖ਼ਤ 'ਤੇ ਨਹੀਂ ਬਿਠਾਇਆ। ਜਿੰਨਾ ਮਰਜ਼ੀ ਇਤਿਹਾਸ ਪੜ੍ਹ ਲਓ, ਕਦੇ ਆਪਣੇ ਸੇਵਕ ਨੂੰ ਆਪਣੇ ਤਖ਼ਤ 'ਤੇ ਨਹੀਂ ਬਿਠਾਇਆ। ਪਰ ਗੁਰੂਆਂ ਨੇ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਕੁੜਮਾਚਾਰੀ ਹੈ,
ਕਦੇ ਦੇਖਿਆ ਕੁੜਬ ਕੁੜਬ ਨੂੰ ਮੱਥਾ ਟੇਕੇ? ਨਹੀਂ, ਇੱਥੇ ਉਹ ਸਿੱਖ ਨੇ ਉਹ ਜੀ ਕਮਾਈ ਕੀਤੀ। ਬਾਬਾ ਅਮਰਦਾਸ ਜੀ ਨੇ ਤਖ਼ਤ 'ਤੇ ਬਿਠਾ ਕੇ ਗੁਰੂ ਅੰਗਦ ਸਾਹਿਬ ਨੇ ਮੱਥਾ ਟੇਕ ਦਿੱਤਾ। ਅੱਗੇ ਤਾਂ ਬੜੀ ਅਜੀਬ ਗੱਲ ਹੈ, ਕੁੜਮਾਚਾਰੀ ਤਾਂ ਫਿਰ ਵੀ ਬਰਾਬਰ ਦਾ ਰਿਸ਼ਤਾ ਹੋ ਸਕਦਾ, ਅੱਗੇ ਤਾਂ ਬੜੀ ਅਜੀਬ ਗੱਲ ਹੈ, ਗੁਰੂ ਰਾਮਦਾਸ ਨੂੰ ਜਵਾਈ ਨੇ। ਗੁਰੂ ਅਮਰਦਾਸ ਜੀ ਦੀ ਉਮਰ ਕਿੱਥੇ ਬਜ਼ੁਰਗੀ ਦੀ, ਬਾਬਾ ਜੇਠਾ ਜੀ ਦੀ ਉਮਰ 40 ਸਾਲ ਹੈ, ਗੁਰੂ ਅਮਰਦਾਸ ਜੀ ਦੀ ਉਮਰ 95 ਸਾਲ ਹੈ। 95 ਸਾਲ ਦੇ ਬਜ਼ੁਰਗ ਗੁਰੂ ਅਮਰਦਾਸ ਜੀ ਅਤੇ ਅੱਜ ਆਪਣੇ ਜਵਾਈ ਨੂੰ ਮੱਥਾ ਟੇਕੇ, ਉਹ ਮਨਾ ਤੂੰ ਕਿਉਂ ਨਹੀਂ ਯਕੀਨ ਕਰਦਾ, ਕਿੱਥੇ ਰੁੜਦਾ ਫਿਰਦਾ ਤੂੰ, ਐਡਾ ਰੁਤਬਾ ਤੈਨੂੰ ਕਿਸੇ ਨਹੀਂ ਦੇਣਾ ਜਿੱਡਾ ਰੁਤਬਾ ਤੈਨੂੰ ਗੁਰੂ ਦਿੰਦਾ, ਐਡਾ ਵੱਡਾ। ਦੋ ਤਿੰਨ ਗੱਲਾਂ ਮੈਂ ਹੋਰ ਸਾਂਝੀਆਂ ਕਰਨੀਆਂ ਨੇ, ਉਹਨੂੰ ਬੜੇ ਧਿਆਨ ਨਾਲ ਸੁਣਿਓ। ਜਦੋਂ ਮਸੰਦਾਂ ਦੀਆਂ ਕਰਤੂਤਾਂ ਪਤਾ ਲੱਗੀਆਂ, ਸਤਿਗੁਰੂ ਕਹਿਣ ਲੱਗੇ ਮਸੰਦਾਂ ਨੂੰ ਬੰਨ ਕੇ ਲੈ ਕੇ ਆਓ, ਮੁਸ਼ਕਾਂ ਬੰਨ ਕੇ ਲੈ ਕੇ ਆਏ। ਇੱਕ ਅੱਤ ਦਾ ਪਿਆਰਾ ਸਿੱਖ ਸੀ, ਉਸ ਸਿੱਖ ਦਾ ਨਾਂ ਭਾਈ ਫੇਰੂ ਹੈ। ਜਦੋਂ ਭਾਈ ਫੇਰੂ ਦੀ ਵਾਰੀ ਆਈ, ਪਰ ਉਹਦਾ ਕਿਰਦਾਰ ਏਡਾ ਉੱਚਾ ਹੈ, ਕਿਸੇ ਸਿੱਖ ਦੀ ਜ਼ਰੂਰਤ ਨਾ ਪਈ ਵੀ ਇਹਦੇ ਹੱਥ ਬੰਨ ਕੇ, ਇਹਦੀਆਂ ਮੁਸ਼ਕਾਂ ਬੰਨ ਕੇ ਗੁਰੂ ਕੋਲ ਲੈ ਕੇ ਜਾਈਏ, ਕਿਸੇ ਨਹੀਂ ਬੰਨਿਆ। ਭਾਈ ਫੇਰੂ ਜੀ ਨੇ ਆਪੇ ਹੀ ਆਪਣੇ ਹੱਥ ਬੰਨ ਲਏ, ਆਪਣੇ ਹੱਥਾਂ ਨੂੰ ਪਰਨਾ ਆਪੇ ਹੀ ਜਿਵੇਂ ਕਿਵੇਂ ਹੋਇਆ ਲਪੇਟ ਕੇ ਗੁਰੂ ਚਰਨਾਂ ਵਿੱਚ ਆ ਗਏ। ਸਤਿਗੁਰੂ ਉੱਠ ਕੇ ਖਲੋ ਗਏ, ਕਹਿੰਦੇ ਭਾਈ ਫੇਰੂ ਜੀ ਤੁਸੀਂ ਇਵੇਂ ਨਹੀਂ ਆ ਸਕਦੇ, ਤੁਸੀਂ ਇਵੇਂ ਨਹੀਂ ਆ ਸਕਦੇ। ਗੁਰੂ ਜੀ ਉੱਠ ਕੇ ਖਲੋ ਗਏ, ਕਹਿਣ ਲੱਗੇ ਪਾਤਸ਼ਾਹ ਮੈਂ ਵੀ ਤੇ ਮਸੰਦ ਹੈ ਨਾ। ਸਾਹਿਬ ਨੇ ਕਲਵੱਕੜੀ ਪਾ ਲਈ, ਕਹਿਣ ਲੱਗੇ ਭਾਈ ਫੇਰੂ ਭਾਵੇਂ ਤੈਨੂੰ ਰੁਤਬਾ ਮਸੰਦ ਦਾ ਮਿਲਿਆ, ਪਰ ਸੱਚ ਕਰਕੇ ਜਾਣੀ, ਮੇਰਾ ਕਹਿਣ 'ਤੇ ਜੀ ਕਰਦਾ, ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ। ਉਹਨਾਂ ਦੇ ਤਾਂ ਜੀਵਨ ਨਮਸਕਾਰ ਕਰਨ ਯੋਗ ਨੇ ਜਿਨ੍ਹਾਂ ਨੇ ਸਿੱਖੀ ਦੀ ਕਮਾਈ ਕੀਤੀ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਇਹੋ ਜਿਹਾ ਰੁਤਬਾ ਕਿਸੇ ਹੋਰ ਨਹੀਂ ਦੇਣਾ। ਇੱਕ ਛੋਟੀ ਜਿਹੀ ਉਦਾਹਰਨ ਮੇਰੇ ਖਿਆਲ ਵਿੱਚ ਹੋਰ ਆ ਗਈ, ਉਹ ਵੀ ਕਹਿ ਕੇ ਮੈਂ ਗੱਲ ਅੱਗੇ ਤੋਰਨੀ ਹੈ। ਅਨੰਦਪੁਰ ਸਾਹਿਬ ਦੀ ਧਰਤੀ ਹੈ, ਇੱਕ ਸਿੱਖ ਅੱਜ ਰਾਹ 'ਚ ਖਲੋਤਾ ਹੈ। ਤੁਹਾਨੂੰ ਕਿਤੇ ਵਕਤ ਮਿਲਿਆ ਹੋਵੇ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਦਾ, ਉੱਥੇ ਗੁਰੂ ਜੀ ਦੀ ਰਹਿਸ਼ ਵੱਖਰੀ ਹੈ, ਅਤੇ ਜਿੱਥੇ ਬਾਕੀ ਥਾਵਾਂ ਨੇ, ਮੰਨ ਲਓ ਕੇਸਗੜ੍ਹ ਸਾਹਿਬ ਹੈ, ਆਨੰਦਗੜ੍ਹ ਸਾਹਿਬ ਹੈ, ਇਹਨਾਂ ਥਾਵਾਂ 'ਤੇ ਦੀਵਾਨ ਲੱਗਦੇ ਸਨ, ਗੁਰੂ ਜੀ ਬਿਰਾਜਦੇ ਸਨ। ਜਦੋਂ ਆਪਣੀ ਰਹਿਸ਼ ਤੋਂ ਗੁਰੂ ਜੀ ਅੱਜ ਆਏ, ਅਤੇ ਰਸਤੇ ਵਿੱਚੋਂ ਇੱਕ ਸਿੱਖ ਭੱਜ ਕੇ ਗੁਰੂ ਦੇ ਚਰਨਾਂ ਨਾਲ ਚਿਮਟ ਗਿਆ, ਬਹੁਤ ਪਿਆਰ ਕੀਤਾ, ਗੁਰੂ ਜੀ ਨੇ ਚੁੱਕਿਆ, ਚੁੱਕ ਕੇ ਸੀਨੇ ਨਾਲ ਲਾ ਲਿਆ। ਕਹਿਣ ਲੱਗੇ ਇਵੇਂ ਕਿਉਂ ਕਰਦੇ ਹੋ, ਸਾਦੇ ਜੇ ਬਿਲਕੁਲ ਕੱਪੜੇ ਨੇ, ਚੱਕ ਕੇ ਸੀਨੇ ਨਾਲ ਲਾ ਲਿਆ।
ਕਹਿਣ ਲੱਗੇ ਤੁਸੀਂ ਗੁਰੂ ਦਰਬਾਰ 'ਚ ਕਿਉਂ ਨਹੀਂ ਗਏ, ਰਾਹ 'ਚ ਕਿਉਂ ਖਲੋਤੇ ਹੋ? ਕਹਿਣ ਲੱਗੇ ਪਾਤਸ਼ਾਹ ਅੱਜ 5-6 ਦਿਨ ਹੋ ਗਏ ਨੇ, ਪਤਾ ਨਹੀਂ ਕੀ ਕਾਰਨ ਬਣਿਆ, ਨਾ ਮੈਨੂੰ ਦਰਵਾਜ਼ੇ 'ਤੇ ਖਲੋਣ ਵਾਲਾ ਸੇਵਾਦਾਰ, ਨਾ ਕੋਈ ਹੋਰ ਮੈਨੂੰ ਅੰਦਰ ਜਾਣ ਨਹੀਂ ਦਿੰਦਾ। ਮੈਂ ਕਿੰਨੇ ਹੀ ਦਿਨਾਂ ਦਾ ਤੜਫਦਾ, ਪਰ ਅੱਜ ਮੈਂ ਬੇਬਸ ਹੋ ਗਿਆ। ਅੱਜ ਮੈਂ ਇਕਾਂਤ ਦੇਖ ਕੇ ਵੀ ਇੱਥੇ ਕਿਸੇ ਨੇ ਨਹੀਂ ਆਉਣਾ। ਮੈਂ ਗੁਰੂ ਜੀ ਤਾਂ ਆ ਗਿਆ ਵੀ ਤੁਹਾਡੇ ਦਰਸ਼ਨ 'ਤੇ ਕਰ ਲਾਂ। ਸਾਹਿਬ ਕਹਿੰਦੇ ਵੀ ਫਿਕਰ ਨਾ ਕਰ, ਅੱਜ ਤੈਨੂੰ ਕੋਈ ਨਹੀਂ ਰੋਕੇਗਾ। ਸਤਿਗੁਰੂ ਨੇ ਗਲਵੱਕੜੀ ਵਿੱਚ ਲਿਆ, ਆਪਣਾ ਸੱਜਾ ਹੱਥ ਉਹਦੇ ਕੰਧੇ 'ਤੇ ਰੱਖਿਆ ਅਤੇ ਨਾਲ ਲੈ ਕੇ ਜਾ ਰਹੇ ਨੇ। ਜਿਹੜੇ ਅੱਗੇ ਜਾਣ ਨਹੀਂ ਸੀ ਦਿੰਦੇ, ਉਹਨਾਂ ਨੇ ਵਾਰ ਵਾਰ ਕਿਹਾ, ਕਹਿਣ ਲੱਗੇ ਸਤਿਗੁਰੂ ਇਹ ਕਮਲਾ ਹੈ। ਸਾਹਿਬ ਕਹਿੰਦੇ ਕੋਈ ਨਾ, ਇਹਦੇ ਕੱਪੜੇ ਤਾਂ ਦੇਖੋ। ਹਜ਼ੂਰ ਕਹਿੰਦੇ ਕੋਈ ਗੱਲ ਨਹੀਂ, ਮੈਂ ਦਿਲ ਦੇਖਦਾ, ਕੱਪੜੇ ਦੇਖਣ ਦੀ ਲੋੜ ਹੀ ਨਹੀਂ ਪੈਂਦੀ, ਦਿਲ ਦੇਖ ਲਿਆ ਇਹਦਾ। ਕਹਿਣ ਲੱਗੇ ਪਾਤਸ਼ਾਹ ਕੋਈ ਕੁਤਾਹੀ ਕਰ ਦੇਗਾ, ਕੋਈ ਤੁਹਾਡੇ ਪੁਸ਼ਾਕ 'ਤੇ ਦਾਗ ਲਾ ਦੇਗਾ, ਕੋਈ ਦਾੜੇ ਨੂੰ ਹੱਥ ਲਾ ਦੇਗਾ, ਕੋਈ ਇਹੋ ਜਿਹੀ ਬੇਅਦਬੀ ਕਰ ਦੇਗਾ, ਇਹ ਤਾਂ ਕਮਲਾ ਹੈ। ਹਜ਼ੂਰ ਕਹਿੰਦੇ ਮੈਂ ਵਾਰ ਵਾਰ ਕਹਿੰਦਾ ਵੀ ਕੋਈ ਗੱਲ ਨਹੀਂ, ਬੱਚੇ ਵੀ ਤਾਂ ਗਲਵੱਕੜੀਆਂ ਪਾ ਹੀ ਲੈਂਦੇ ਨੇ, ਬੱਚੇ ਵੀ ਤਾਂ ਕੱਪੜੇ ਮੇਲੇ ਕਰ ਹੀ ਲੈਂਦੇ ਨੇ, ਇਹ ਕਰ ਲਏਗਾ ਤਾਂ ਕੀ ਹੋਇਆ। ਗੁਰੂ ਜੀ ਨਾਲ ਲੈ ਕੇ ਚਲੇ ਗਏ, ਅੰਦਰ ਗਏ ਤਾਂ ਸਿੱਖ ਗੁਰੂ ਦੀ ਬਾਂਹ ਥੱਲਿਓਂ ਖਿਸਕਣਾ ਚਾਹੁੰਦਾ ਵੀ ਮੈਂ ਸੰਗਤ ਵਿੱਚ ਬੈਠ ਜਾਂ। ਸਤਿਗੁਰੂ ਨੇ ਦੇਖਿਆ, ਕਹਿੰਦੇ ਨਾ, ਜਿੰਨਾ ਤੂੰ ਤੜਫਿਆ ਉੱਨੀ ਨੇੜਤਾ ਮਿਲੇਗੀ, ਅੱਜ ਤੂੰ ਸੰਗਤ ਵਿੱਚ ਨਹੀਂ ਬੈਠ ਸਕਦਾ, ਮੇਰੇ ਬਰਾਬਰ ਬੈਠ। ਗੁਰੂ ਦੇ ਤਖ਼ਤ ਉੱਤੇ ਉਹ ਗਰੀਬੜਾ ਸਿੱਖ ਸਤਿਗੁਰੂ ਨੇ ਆਪਣੇ ਤਖ਼ਤ 'ਤੇ ਬਿਠਾ ਲਿਆ, ਬਰਾਬਰ ਬਰਾਬਰ ਬੈਠਾ। ਅਨੰਦਪੁਰ ਸਾਹਿਬ ਦੀ ਧਰਤੀ ਹੈ, ਹੁਣ ਸਬਰ ਦਾ ਬੰਨ ਟੁੱਟ ਗਿਆ। ਸਿੱਖ ਬਹੁਤ ਰੋਇਆ, ਪਾਤਸ਼ਾਹ ਇੰਨਾ ਵੀ ਕੋਈ ਪਿਆਰ ਦੇ ਸਕਦਾ ਕਿਸੇ ਗਰੀਬ ਨੂੰ, ਇੰਨਾ ਪਿਆਰ? ਹਜ਼ੂਰ ਕਹਿਣ ਲੱਗੇ ਹੁਣ ਦੱਸ ਤੈਨੂੰ ਕੌਣ ਰੋਕਦਾ ਸੀ। ਉਹਨੇ ਨਾਂ ਲਏ 2-4। ਸਾਹਿਬ ਪੁੱਛਣ ਲੱਗੇ, ਜੇ ਤੂੰ ਇੰਨਾ ਪਿਆਰ ਕਰਦਾ ਸੀ ਮੇਰੇ ਨਾਲ, ਤੇ ਕਦੇ ਕੋਈ ਸੁਨੇਹਾ, ਕਦੇ ਕੋਈ ਭੇਟਾ, ਕਦੇ ਕੋਈ ਦੁੱਖ ਸੁੱਖ, ਤੇਰਾ ਕਦੇ ਵੀ ਕੁਛ ਨਹੀਂ ਪਹੁੰਚਿਆ? ਕਹਿਣ ਲੱਗੇ ਨਹੀਂ ਪਾਤਸ਼ਾਹ, ਮੈਂ ਤਾਂ ਪਿਛਲੇ ਦੇ ਸਮੇਂ 'ਚ 2 ਸੋਨੇ ਦੇ ਕੰਗਣ, ਤੁਹਾਨੂੰ ਵਕਤ ਮਿਲਿਆ ਕਿਤੇ? ਡਾਕਟਰ ਗੰਡਾ ਸਿੰਘ ਦੇ ਲਿਖੇ ਹੋਏ ਹੁਕਮਨਾਮੇ ਨੇ 87-87, ਬਹੁਤ ਕੁਛ ਮਿਲੇਗਾ। ਹਰ ਸਿੱਖ ਨੂੰ ਉਹ ਹੁਕਮਨਾਮੇ ਪੜ੍ਹਨੇ ਚਾਹੀਦੇ ਨੇ। ਬਹੁਤ ਕੁਛ ਪੜ੍ਹਦੇ ਹਾਂ ਆਪਾਂ, ਕਿਤੇ ਇਹੋ ਜਿਹੀਆਂ ਕਿਤਾਬਾਂ ਵੀ ਪੜ੍ਹੀਏ, ਸਮਾਂ ਸੀਮਾ 'ਚ। ਗੱਲ ਮੈਂ ਅੱਗੇ ਤੋਰਾਂ। ਕਹਿਣ ਲੱਗੇ ਮੈਂ 2 ਸੋਨੇ ਦੇ ਕੰਗਣ ਭੇਜੇ ਸੀ, ਚੇਤੋਂ ਮਸੰਦ ਉੱਠ ਕੇ ਖਲੋ ਗਿਆ। ਕਹਿੰਦਾ ਸਤਿਗੁਰੂ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਤਾਂ ਕਮਲਾ ਕੁਛ ਵੀ ਕਹਿ ਦੇਗਾ। ਹੁਣ ਦੇਖੋ ਅਸੀਂ ਗੁਰੂ ਰਾਮਦਾਸ ਜੀ ਦੇ ਵੇਲੇ ਹੋਏ ਥਾਪੇ ਹੋਏ ਮਸੰਦ, ਅਤੇ ਕੱਲ੍ਹ ਕਮਲਾ ਜਿਹਾ ਆਇਆ ਅਤੇ ਸਾਡੇ 'ਤੇ ਦੂਸ਼ਣ ਲਾ ਰਿਹਾ। ਹਜ਼ੂਰ ਕਹਿੰਦੇ ਇਹ ਗੱਲ ਛੱਡ ਚੇਤੋ, ਤੂੰ ਕੰਗਣ ਲੈ ਆ, ਗਲਤੀ ਬੰਦਾ ਕਰ ਬੈਠਦਾ, ਕੋਈ ਗੱਲ ਨਹੀਂ। ਕਹਿਣ ਲੱਗਿਆ ਪਾਤਸ਼ਾਹ ਤੁਸੀਂ ਵੀ ਸਾਡੇ 'ਤੇ ਸ਼ੱਕ ਕਰਦੇ ਹੋ,
ਹਜ਼ੂਰ ਕਹਿੰਦੇ ਮੈਂ ਸ਼ੱਕ ਨਹੀਂ ਕਰਦਾ, ਪਰ ਤੂੰ ਲੈ ਆ ਕੰਗਣ, ਕਾਹਦੇ ਲਈ ਝਗੜਾ ਪਾਉਣਾ ਹੈ, ਲੈ ਆ ਕੰਗਣ। ਉਹ ਹੁਣ ਫਿਰ ਮੁੱਕਰ ਗਿਆ, ਸਤਿਗੁਰੂ ਕਹਿਣ ਲੱਗੇ ਵੀ ਕੋਈ ਗੱਲ ਨਹੀਂ। ਸਤਿਗੁਰੂ ਨੇ ਸਿੱਖ ਨੂੰ ਭੇਜਿਆ ਵੀ ਚੇਤੋ ਦੀ ਘਰਵਾਲੀ ਨੂੰ ਕਹੀਂ ਵੀ ਜਿਹੜੇ ਦੋ ਕੰਗਣ ਦਿੱਤੇ ਸਨ ਨਾ ਚੇਤੋ ਨੇ, ਉਹਨੂੰ ਬਣਾਉਣ ਵਾਲਾ ਕਾਰੀਗਰ ਦਰਬਾਰ 'ਚ ਆਇਆ ਹੋਇਆ ਵੀ ਮੈਂ ਚਾਹੁੰਦਾ ਦੋ ਕੰਗਣ ਤੂੰ ਇੱਕ ਬਾਂਹ 'ਚ ਪਾਵੇਂ, ਦੋ ਕੰਗਣ ਤੂੰ ਇੱਕ ਬਾਂਹ 'ਚ ਪਾਵੇਂ, ਉਹਦੇ ਨਾਲ ਦੇ ਦੋ ਹੋਰ ਬਣਾਉਣੇ ਨੇ, ਉਹ ਜਲਦੀ ਨਾਲ ਭੇਜ ਦੇ ਤਾਂ ਕਿ ਉਹਦਾ ਨਮੂਨਾ ਦੇਖ ਲਵੇ। ਉਹਨੇ ਕੱਢ ਕੇ ਦੇਤੇ ਦੋਏ, ਉਹ ਲੈ ਕੇ ਆ ਗਏ। ਜਿਉਂ ਕੰਗਣ ਲੈ ਕੇ ਆਏ, ਸਿੱਖ ਦਾ ਦਿਲ ਉੱਛਲ ਗਿਆ, ਕਹਿਣ ਲੱਗਿਆ ਪਾਤਸ਼ਾਹ ਇਹੀ ਕੰਗਣ ਸੀ। ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ, ਆ ਗਏ ਨੇ ਮੇਰੇ ਕੋਲ। ਦਾਤਾਰ ਸਤਿਗੁਰੂ ਨੇ ਘੁੱਟ ਕੇ ਸੀਨੇ ਨਾਲ ਲਾਇਆ ਅਤੇ ਹੁਕਮ ਕੀਤਾ ਵੀ ਚੇਤੋ ਨੂੰ ਸਜ਼ਾ ਦਿਓ, ਇਹਨੇ ਕਿਸੇ ਗਰੀਬ ਦੇ ਪਿਆਰ ਨੂੰ ਦੁਰਕਾਰਿਆ। ਮੈਂ ਬੇਨਤੀ ਕਰਨੀ ਚਾਹੁੰਦਾ ਪਿਆਰ ਵਾਲਿਓ, ਗੁਰੂ ਕਦੇ ਕਿਸੇ ਦੇ ਕੱਪੜੇ ਨਹੀਂ ਦੇਖਦਾ, ਕਿਸੇ ਦੀ ਜਾਤ ਨਹੀਂ ਦੇਖਦਾ, ਕਿਸੇ ਦੇ ਵੀ ਅਮੀਰੀ ਗਰੀਬੀ ਨੂੰ ਗੁਰੂ ਨਹੀਂ ਦੇਖਦਾ। ਤੂੰ ਮਨਾ ਆ ਕਮਾਈ ਕਰਕੇ ਤਾਂ ਦੇਖ, ਹੋਏ ਗੁਰੂ ਤੈਨੂੰ ਅੱਤ ਦਾ ਪਿਆਰ ਕਰੇਗਾ, ਗੁਰੂ ਬਹੁਤ ਪਿਆਰ ਕਰੇਗਾ। ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ। ਆ ਗੁਰਸਿੱਖ ਜਿਹਨੇ ਕਮਾਈ ਕੀਤੀ ਇਹੋ ਜਿਹੀ, ਉਹਦੇ ਤਾਂ ਪੈਰਾਂ ਦੀ ਖਾਕ ਗੁਰੂ ਜੀ ਕਹਿੰਦੇ ਮੈਂ ਮੰਗਦਾ। ਅੰਮ੍ਰਿਤ ਬਚਨ ਤੁਹਾਨੂੰ ਯਾਦ ਹੋਏਗਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮਿਲ ਜਾਏ, ਮੈਂ ਵੀ ਆਪਣੇ ਆਪ ਨੂੰ ਪਵਿੱਤਰ ਸਮਝਾਂਗਾ। ਕਿੱਡਾ ਵੱਡਾ ਰੁਤਬਾ ਮਿਲਿਆ ਸਿੱਖ ਨੂੰ। ਅਗਲੀ ਗੱਲ ਕਰੀਏ, ਜਨ ਨਾਨਕ ਧੂੜ ਮੰਗੈ, ਅੱਗੇ ਸ਼ਬਦ ਤਿਸ ਹੈ, ਉਹ ਤਿਸ ਸ਼ਬਦ ਬੜਾ ਪਿਆਰਾ ਹੈ। ਹੁਣ ਹਰ ਬੰਦੇ ਨੇ ਆਪਣਾ ਆਪ ਫਿੱਟ ਕਰ ਲੈਣਾ ਸੀ ਭਈ ਮੇਰੀ ਜਥੇਬੰਦੀ ਨੂੰ, ਮੇਰੇ ਜਥੇ ਨੂੰ, ਜਾਂ ਮੇਰੇ ਪਰਿਵਾਰ ਨੂੰ, ਜਾਂ ਮੇਰੇ ਇਸ ਕਿਸੇ ਨੂੰ ਵੀ ਜੋੜ ਲਓ ਆਪਾਂ। ਇਸ ਤਰ੍ਹਾਂ ਦੇ ਪਹਿਰਾਵੇ ਵਾਲੇ ਨੂੰ ਗੁਰੂ ਜੀ ਨੇ ਕਿਹਾ ਭਈ ਮੈਂ ਉਹਦੇ ਚਰਨਾਂ ਦੀ ਧੂੜੀ ਮੰਗਦਾ। ਜੇ ਤਿਸ ਸ਼ਬਦ ਨਾ ਹੁੰਦਾ ਤਾਂ ਅਸੀਂ ਦੀ ਵਿਆਖਿਆ ਬੜੇ ਅਜੀਬ ਢੰਗ ਨਾਲ ਕਰ ਲੈਣੀ ਸੀ। ਜੇ ਤਿਸ ਸ਼ਬਦ ਨਾ ਹੁੰਦਾ ਸੀ ਵਿਆਖਿਆ ਦੀ ਬੜੇ ਅਜੀਬ ਢੰਗ ਨਾਲ ਕਰ ਲੈਣੀ ਸੀ। ਹੁਣ ਗੁਰੂ ਜੀ ਨੇ ਸਪਸ਼ਟ ਕਰ ਦਿੱਤਾ, ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ। ਕਿਹੜੇ ਗੁਰਸਿੱਖ ਕੀ? ਜੋ ਆਪ ਜਪੈ। ਦੂਜਾ ਹਿੱਸਾ ਅੱਜ ਆਪਾਂ ਇਹ ਕਰਨ ਲੱਗੇ, ਅੱਜ ਦੀ ਵਿਚਾਰ ਦਾ ਇਹ ਦੂਜਾ ਹਿੱਸਾ, ਜਿਹੜਾ ਆਪ ਜਪਦਾ, ਜਿਹਨੇ ਪਹਿਲਾਂ ਆਪਣੇ ਆਪ ਨੂੰ ਸੁਧਾਰਿਆ। ਅੱਜ ਦੀ ਮੁਸ਼ਕਲ ਇਹ ਹੈ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਸਨ ਭਾਈ ਲਾਲੋ ਕੋਲੋਂ ਅਤੇ ਆਵਾਜ਼ ਮਾਰੀ, ਕਹਿਣ ਲੱਗੇ ਭਾਈ ਲਾਲੋ ਕੀ ਪਿਆ ਕਰਨਾ ਹੈ? ਕਹਿਣ ਲੱਗੇ ਸਤਿਗੁਰੂ ਕਿੱਲੇ ਘੜਦਾ। ਸਾਹਿਬ ਕਹਿਣ ਲੱਗੇ ਬਲਿਹਾਰੇ ਤੇਰੀ ਕਿਰਤ ਤੋਂ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਘੜਨ ਵਾਲਿਆਂ ਦੀ ਤਾਂ ਲੋੜ ਹੈ,
ਅੱਜ ਹਰੇਕ ਬੰਦਾ ਉਹਨੂੰ ਲੋੜ ਹੈ ਘੜਨ ਦੀ। ਬਦਕਿਸਮਤੀ ਬੰਦਾ ਦੂਜਿਆਂ ਨੂੰ ਸੁਧਾਰਨ 'ਤੇ ਲੱਗਿਆ ਹੋਇਆ। ਤੁਸੀਂ ਅਜੋਕੇ ਸਮੇਂ 'ਚ ਜਿਹੜਾ ਮਰਜ਼ੀ ਸੋਸ਼ਲ ਮੀਡੀਆ ਦੇਖ ਲਓ, ਉਹ ਦੂਜੇ ਨੂੰ ਉਪਦੇਸ਼ ਕਰਨ 'ਤੇ ਲੱਗੇ ਹੋਏ ਹੈ, ਕਦੇ ਆਪਣਾ ਆਪ ਨਹੀਂ ਸਵਾਰਦੇ। ਗੁਰੂ ਜੀ ਨੇ ਇੱਕ ਬਚਨ ਆਖਿਆ ਸੀ, ਆਪ ਸਵਾਰੈ ਖੇਚਲ ਤਾਂ ਮੈਂ ਜ਼ਰੂਰ ਦਿਆਂਗਾ, ਤੁਸੀਂ ਖੇਚਲ ਮੰਨਿਓ ਨਾ, ਕਿਰਪਾ ਕਰੋ, ਸੌਖੇ ਬਚਨ ਨੇ। ਆਪ ਸਵਾਰੈ ਮੈਂ ਮਿਲੈ, ਹੁਣ ਕਿੱਡਾ ਪਿਆਰਾ ਬੋਲ ਹੈ। ਕਹਿੰਦੇ ਰੱਬ ਨੂੰ ਮਿਲਣਾ ਚਾਹੁੰਦੇ, ਤੂੰ ਆਪਣੇ ਆਪ ਨੂੰ ਸਵਾਰ ਲੈ, ਬਸ ਕੁਛ ਛੱਡ ਦੇਗਾ ਬਾਕੀ ਸਾਰੀਆਂ ਗੱਲਾਂ। ਦੋ ਪੱਖ ਨੇ ਬੜੇ ਪਿਆਰੇ, ਇੱਕ ਹੁੰਦਾ ਸਵਾਰਨਾ, ਇੱਕ ਹੁੰਦਾ ਸ਼ਿੰਗਾਰਨਾ। ਮੈਂ ਫਿਰ ਦੁਬਾਰੇ ਕਹਿਣ ਲੱਗਾ, ਇੱਕ ਹੁੰਦਾ ਸਵਾਰਨਾ, ਇੱਕ ਹੁੰਦਾ ਸ਼ਿੰਗਾਰਨਾ। ਸ਼ਿੰਗਾਰਨਾ ਬਹੁਤ ਸੌਖਾ ਹੈ, ਸਵਾਰਨਾ ਬਹੁਤ ਔਖਾ ਹੈ। ਮੇਰੀਆਂ ਧੀਆਂ ਬੱਚੀਆਂ ਰੋਜ਼ ਆਪਣੇ ਘਰ ਨੂੰ ਸ਼ਿੰਗਾਰਦੀਆਂ ਨੇ। ਟੀਵੀ ਹੈ, ਇਹਦੇ ਸਾਹਮਣੇ ਕੀ ਰੱਖਣਾ ਹੈ? ਕੋਈ ਚੀਜ਼ ਹੈ, ਮਾਈਕਰੋਵੇਵ ਹੈ, ਉੱਤੇ ਕੀ ਰੱਖਣਾ ਹੈ? ਹਰ ਰੋਜ਼ ਸ਼ਿੰਗਾਰਦੀਆਂ ਨੇ। ਆਪਾਂ ਵੀ ਆਪਣੀਆਂ ਗੱਡੀਆਂ ਨੂੰ ਸ਼ਿੰਗਾਰ ਕੇ ਰੱਖਣੇ ਹੈ, ਪਰ ਜਦੋਂ ਵਿਗੜ ਜਾਏ ਤਾਂ ਕਦੇ ਕਿਸੇ ਧੀ ਭੈਣ ਨੇ ਕਿਹਾ ਵੀ ਮੈਂ ਸਵਾਰ ਲਾਂਗੀ, ਉਹ ਕਹਿੰਦੀ ਨਹੀਂ, ਸਵਾਰਨ ਵਾਸਤੇ ਕਾਰੀਗਰ ਕੋਲ ਜਾਣਾ ਪੈਣਾ। ਸ਼ਿੰਗਾਰ ਮੈਂ ਵੀ ਸਕਦੀ ਹਾਂ ਪਰ ਸਵਾਰ ਨਹੀਂ ਮੈਂ ਸਕਦੀ। ਜਿੰਨੀਆਂ ਮਰਜ਼ੀ ਗੱਲਾਂ ਲੈ ਲਓ ਆਪਾਂ ਆਪਣੇ ਜੀਵਨ ਵਿੱਚ, ਗੁਰੂ ਜੀ ਕਹਿੰਦੇ ਵੀ ਅਸੀਂ ਆਪਣੇ ਆਪ ਨੂੰ ਸ਼ਿੰਗਾਰ ਤਾਂ ਲੈਂਦੇ ਹਾਂ ਵੀ ਮੈਂ ਸਿੱਖ ਦੇਸਾਂ, ਪਰ ਸਵਾਰਦੇ ਨਹੀਂ। ਸੱਜਣਾ ਗੱਲ ਉਸ ਦਿਨ ਕੀਮਤ ਪੈਣੀ ਜਿਸ ਦਿਨ ਸਵਾਰ ਲਿਆ। ਜਿਹੜੀ ਚੀਜ਼ ਕੰਮ ਆਉਂਦੀ ਉਹ ਸਵਾਰੀ ਹੋਈ ਕੰਮ ਆਉਂਦੀ ਹੈ। ਭਾਵੇਂ ਕੋਈ ਕਿੱਡੀ ਚੀਜ਼ ਚੰਗੀ ਹੋਵੇ, ਜੇ ਉਹ ਵਿਗੜ ਜਾਏ ਅਸੀਂ ਤਿਆਗ ਦਿੰਦੇ ਵੀ ਇਹ ਹੁਣ ਠੀਕ ਨਹੀਂ ਹੈ, ਇਹਨੂੰ ਪਹਿਲਾਂ ਸਰਵਾਓ। ਸ਼ਬਦਾਂ ਵੱਲ ਫਿਰ ਚੱਲੀਏ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਦੁਨੀਆ ਤੇਰੇ ਕਦਮਾਂ 'ਚ ਝੁੱਕ ਜਾਏਗੀ ਜਿੱਦਣ ਤੂੰ ਆਪਣੇ ਆਪ ਨੂੰ ਸਵਾਰ ਲਿਆ। ਤਾਂ ਹੁਣ ਬਚਨ ਕਿੱਡੇ ਪਿਆਰੇ ਨੇ, ਜਨ ਨਾਨਕ ਧੂਰ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਵਾਰੇ। ਸੁਖਮਨੀ ਸਾਹਿਬ ਦੇ ਦੋ ਬੋਲ ਕਹਿਣ ਲੱਗਾ, ਸ਼ਾਇਦ ਮੇਰਾ ਖਿਆਲ ਪੰਜਵੀਂ ਅਸ਼ਟਪਦੀ ਦੇ ਵਿੱਚ ਨੇ, ਬੜੇ ਧਿਆਨ ਨਾਲ ਸੁਣਿਓ। ਦੋ ਤਸਵੀਰਾਂ ਗੁਰੂ ਜੀ ਨੇ ਬਰਾਬਰ ਬਰਾਬਰ ਰੱਖੀਆਂ ਨੇ। ਇੱਕ ਤਸਵੀਰ ਹੈ, ਸਾਹਿਬ ਕਹਿੰਦੇ ਨੇ ਅਵਰ ਉਪਦੇਸ਼ੈ ਆਪ ਨਾ ਕਰੈ। ਅਵਰ ਉਪਦੇਸ਼ੈ ਦੁਨੀਆ ਨੂੰ ਕਹਿੰਦਾ ਪਰ ਆਪ ਨਹੀਂ ਕਮਾਉਂਦਾ, ਆਪ ਨਹੀਂ ਉਹ ਕਰਦਾ। ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ।
ਜਾਂ ਇਉਂ ਕਹਿ ਲਈਏ ਰਹਿਤ ਅਵਰ ਕਿਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੱਡ ਲਾਭਤ, ਜਾਨਣ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂੰ ਭੀਨ, ਅਵਰ ਉਪਦੇਸ਼ੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਬਿਲਕੁਲ ਇਹਦੇ ਨਾਲ ਦਾ ਸ਼ਬਦ ਹੈ, ਬਰਾਬਰ ਨਾਲ ਦੀਆਂ ਪੰਕਤੀਆਂ ਨੇ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਕਹਿੰਦੇ ਜਿਸ ਦੇ ਅੰਦਰ ਰੱਬ ਵਸ ਗਿਆ ਨਾ, ਉਹਦੀ ਸਿੱਖਿਆ ਦੇ ਨਾਲ ਦੁਨੀਆ ਤਰ ਜਾਏਗੀ, ਸੰਸਾਰ ਤਰ ਜਾਏਗਾ, ਪਰ ਉਹਦਾ ਖੁਦ ਦਾ ਜੀਵਨ ਆਪਣਾ ਉਹੋ ਜਿਹਾ ਹੋਵੇ, ਖੁਦ ਉਸ ਕਰਨੀ ਦਾ ਮਾਲਕ ਹੋਵੇ। ਜੇ ਆਪਣਾ ਜੀਵਨ ਉਸ ਤਰ੍ਹਾਂ ਦੀ ਕਰਨੀ ਨਹੀਂ ਹੈ, ਫਿਰ ਉਹ ਕਦੇ ਅਸਰ ਵੀ ਨਹੀਂ ਛੱਡਦੀ, ਕਦੇ ਅਸਰ ਵੀ ਨਹੀਂ ਛੱਡਦੀ। ਜਿਸ ਭਾਈ ਹੀਰਾ ਸਿੰਘ ਦਾ ਨਾਂ ਤੁਸੀਂ ਸੁਣਿਆ ਹੋਵੇਗਾ, ਮਹਾਨ ਕੀਰਤਨੀ ਹੋਏ ਨੇ, ਗੁਰੂ ਘਰ ਦੇ ਮਹਾਨ ਕੀਰਤਨੀ ਹੋਏ ਨੇ। ਉਦੋਂ ਤਾਂ ਸਪੀਕਰ ਵੀ ਨਹੀਂ ਸੀ ਹੁੰਦੇ, ਜਦੋਂ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਹੋਣੀ, ਤਾਂ ਉਦੋਂ ਅਗਰ ਸੰਗਤ ਕਾਬੂ ਨਹੀਂ ਹੋ ਰਹੀ, ਸੰਗਤ ਵਿੱਚ ਸ਼ਾਂਤੀ ਨਹੀਂ ਹੋ ਰਹੀ, ਤਾਂ ਭਾਈ ਗੀਰਾ ਸਿੰਘ ਨੂੰ ਕੀਰਤਨ ਕਰਨ ਲਾ ਦਿੰਦੇ ਸੀ। ਇੱਕ ਉੱਚੀ ਆਵਾਜ਼ ਦੇਣੀ ਵੀ ਔਖੀ ਹੋ ਜਾਂਦੀ ਸੀ, ਸਾਰਿਆਂ ਵੀ ਪਤਾ ਲੱਗਦਾ ਸੀ ਉਹ ਭਾਈ ਹੀਰਾ ਸਿੰਘ ਜੀ। ਉਹਦੀਆਂ ਦੋ ਗੱਲਾਂ ਮੈਨੂੰ ਚੇਤੇ ਆਈਆਂ। ਪਹਿਲੀ ਗੱਲ, ਉਹਨੂੰ ਕਿਸੇ ਸਿੱਖ ਨੇ ਪੁੱਛਿਆ, ਕਹਿਣ ਲੱਗੇ ਭਾਈ ਸਾਹਿਬ ਜੀ, ਜਦੋਂ ਤੁਸੀਂ ਕੀਰਤਨ ਕਰਨ ਜਾਂਦੇ ਹੋ ਉਦੋਂ ਵੀ ਤੁਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਜਾਂਦੇ ਹੋ? ਚਲੋ ਇਹ ਤਾਂ ਮੰਨਿਆ ਵੀ ਘਰੋਂ ਚੱਲਿਆ ਬੰਦਾ ਫਰੈਸ਼ ਹੀ ਹੁੰਦਾ ਹੈ, ਦਰਬਾਰ ਸਾਹਿਬ ਮੱਥਾ ਟੇਕ ਕੇ ਚਲੇ ਚੱਲੇ। ਦੂਜੀ ਗੱਲ, ਜਦੋਂ ਤੁਸੀਂ ਦਰਬਾਰ ਕੀਰਤਨ ਕਰਕੇ ਆਉਂਦੇ ਹੋ, ਉਹ ਕਈ ਵਾਰੀ ਟ੍ਰੇਨਾਂ ਦਾ ਟਾਈਮ ਅੱਗੇ ਪਿੱਛੇ ਹੁੰਦਾ, ਵੇਲਾ ਕਵੇਲਾ ਹੁੰਦਾ, ਥੱਕੇ ਹੁੰਦੇ ਉਹ ਸਫ਼ਰ ਦੇ ਪ੍ਰੋਗਰਾਮਾਂ 'ਤੇ ਥੱਕੇ ਹੁੰਦੇ ਹੋ, ਕਈ ਵਾਰੀ ਪ੍ਰੋਪਰਲੀ ਉਨੀ ਰੈਸਟ ਨਹੀਂ ਮਿਲਦੀ, ਪਰ ਤੁਸੀਂ ਆਉਂਦੇ ਆ ਘਰ ਨਹੀਂ ਪਹੁੰਚਦੇ ਵੀ ਚਲੋ ਸਵੇਰੇ ਮੱਥਾ ਟੇਕ ਲਾਂਗੇ। ਰਾਤ ਹੋਵੇ ਦਿਨ ਹੋਵੇ, ਪਹਿਲਾਂ ਦਰਬਾਰ ਸਾਹਿਬ ਆਉਂਦੇ ਹੋ, ਮੱਥਾ ਟੇਕ ਕੇ ਫਿਰ ਜਾਂਦੇ ਹੋ। ਭਾਈ ਹੀਰਾ ਸਿੰਘ ਦੀ ਅੱਖਾਂ 'ਚ ਪਾਣੀ ਆ ਗਿਆ, ਉਹ ਕਹਿੰਦੇ ਕਿਹੋ ਜਿਹਾ ਸਵਾਲ ਪੁੱਛ ਲਿਆ, ਜਵਾਬ ਵੀ ਦੇਵਾਂ ਨਾ ਦੇਵਾਂ ਤਾਂ ਧੋਖਾ ਹੋਏਗਾ, ਜਵਾਬ ਦੇਵਾਂ ਤਾਂ ਅੱਜ ਤੂੰ ਮੇਰੇ ਗਰੀਬੀ ਦਾ ਪਰਦਾ ਫੁੱਲਣ ਲੱਗਿਆ। ਪੁੱਛਿਆ ਤਾਂ ਮੈਂ ਦੱਸਾਂਗਾ, ਜਦੋਂ ਮੈਂ ਜਾਣਾ ਉਦੋਂ ਗੁਰੂ ਨੂੰ ਮੱਥਾ ਟੇਕ ਕੇ ਕਹਿ ਕੇ ਜਾਣਾ, ਸਤਿਗੁਰੂ ਹੀਰਾ ਸਿੰਘ ਦੇ ਕੋਲ ਕੁਛ ਵੀ ਨਹੀਂ, ਇਹ ਤਾਂ ਮਿੱਟੀ ਦਾ ਪੁਤਲਾ ਹੈ, ਇਹਦੀ ਜ਼ਬਾਨ 'ਤੇ ਵਸ ਜਾਈਓ ਦਾਤਿਆ, ਰਹਿਮਤ ਕਰਦੀ, ਮੇਰਾ ਜੀਵਨ ਜਿਹੋ ਜਿਹਾ ਮਰਜ਼ੀ ਹੈ ਤੂੰ ਪਰਦਾ ਪਾ ਦੀ। ਜਿਹੜੀਆਂ ਸਿੱਖ ਤੇਰੀਆਂ ਸਿੱਖ ਸੰਗਤਾਂ ਭੁੱਖੀਆਂ ਅਤੇ ਪਿਆਸੀਆਂ ਨੇ, ਮੈਂ ਉਹਨੂੰ ਥਾਲ ਵਿੱਚ ਪਈਆਂ ਤਿੰਨ ਵਸਤੂਆਂ ਛਕਾ ਕੇ ਆਵਾਂ। ਹਰ ਕੋਈ ਬੰਦਾ ਰੱਬ ਦੇ ਨਾਮ ਨਾਲ ਜੁੜ ਜਾਏ, ਕਿਰਪਾ ਕਰਿਓ। ਜਦੋਂ ਮੈਂ ਵਾਪਸ ਆਉਂਦਾ ਤਾਂ ਦਰਬਾਰ ਸਾਹਿਬ ਇਸ ਲਈ ਆਉਂਦਾ, ਮੈਨੂੰ ਸੰਗਤਾਂ ਨੇ ਅਥਾਹ ਪਿਆਰ ਦਿੱਤਾ ਹੁੰਦਾ, ਪਿੱਛੇ ਪਿੱਛੇ ਫਿਰਦੀਆਂ ਨੇ, ਭਾਈ ਸਾਹਿਬ ਜੀ ਭਾਈ ਸਾਹਿਬ ਜੀ, ਇੱਕ ਇੱਕ ਗੱਲ ਪੁੱਛ ਪੁੱਛ ਕੇ, ਤੁਸੀਂ ਕੀ ਖਾਣਾ, ਕਿਵੇਂ ਰੈਸਟ ਕਰਨੀ, ਕਿਵੇਂ ਇਸ਼ਨਾਨ ਕਰਨਾ, ਇਕੱਲੀ ਇਕੱਲੀ ਗੱਲ ਪੁੱਛ ਕੇ ਕਰਦੇ, ਇੰਨਾ ਅਦਬ। ਫਿਰ ਮੈਂ ਮੁੜ ਕੇ ਆ ਕੇ ਤਾਂ ਗੁਰੂ ਰਾਮਦਾਸ ਕੋਲ
ਘੁੱਟ ਕੇ ਚਰਨ ਪਕੜ ਕੇ ਆਉਣਾ। ਸਤਿਗੁਰੂ ਜਿੰਨਾ ਸੰਗਤਾਂ ਨੇ ਸਤਿਕਾਰ ਦਿੱਤਾ ਹੈ ਨਾ, ਜੇ ਮੈਨੂੰ ਇਸ ਸਤਿਕਾਰ ਦਾ ਅਹਿਸਾਸ ਹੋ ਗਿਆ ਮੈਂ ਹੰਕਾਰ ਦਾ ਭਰ ਜਾਣਾ। ਤੇਰੀਆਂ ਦਿੱਤੀਆਂ ਸੰਗਤਾਂ ਦਾ ਸਤਿਕਾਰ ਉਹ ਤੇਰੇ ਕਰਕੇ ਸੀ। ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ, ਹਉ ਕੁਰਬਾਨ ਜਾਈ ਤੇਰਾ ਨਾਵੈ, ਜਿਸ ਨੂੰ ਬਖਸ਼ ਰਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਇਹ ਤਾਂ ਤੇਰੀ ਕਿਰਪਾ, ਤੇਰੀਆਂ ਸੰਗਤਾਂ ਦਾ ਦਿੱਤਾ ਸਤਿਕਾਰ। ਗੁਰੂ ਰਾਮਦਾਸ ਮੈਂ ਤੇਰੇ ਚਰਨਾਂ ਵਿੱਚ ਅਰਪਣ ਕਰਕੇ ਚੱਲਿਆ। ਘਰੋਂ ਵੀ ਹੀਰਾ ਸਿੰਘ ਨਿਕਲਿਆ ਸੀ ਅਤੇ ਘਰ ਮੁੜ ਕੇ ਹੀਰਾ ਸਿੰਘ ਹੀ ਜਾਵੇ। ਜਿਹੜਾ ਤੇਰਾ ਸਤਿਕਾਰ ਹੈ ਸੰਗਤਾਂ ਦਾ ਉਹ ਇੱਥੇ ਤੈਨੂੰ ਭੇਟਾ ਕਰ ਚੱਲਿਆ। ਆਪ ਜਪੈ ਮਨਾ ਕਿਤੇ ਆਨੰਦ ਨਾਲ ਜਪ ਜੀ ਸਾਹਿਬ ਦਾ ਪਾਠ ਕਰਕੇ ਫਿਰ ਕਥਾ ਕਰਨਾ ਵੀ ਨਾ, ਫਿਰ ਉਸ ਦਿਨ ਤੂੰ ਨਹੀਂ ਬੋਲਣਾ, ਗੁਰੂ ਨਾਨਕ ਬੋਲੇਗਾ। ਕਿਸੇ ਦਿਨ ਅਦਬ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਕੇ ਫਿਰ ਕੀਰਤਨ ਕਰਨਾ ਵੀ ਨਾ, ਫਿਰ ਗੁਰੂ ਚਰਨਾਂ ਵਿੱਚ ਵਿਚਾਰ ਕਰਨਾ ਵੀ ਨਾ, ਸੱਚ ਕਰਕੇ ਜਾਣੀ। ਫਿਰ ਉਸ ਦਿਨ ਗੁਰੂ ਬੋਲਦਾ, ਸਿੱਖ ਚੁੱਪ ਕਰ ਜਾਂਦਾ, ਇਹਦਾ ਅੰਦਰਲਾ ਚੁੱਪ ਕਰ ਜਾਂਦਾ। ਫਿਰ ਉਹ ਮਾਲਕ ਹੀ ਜਾਣਦਾ ਕੀ ਰਹਿਮਤਾਂ ਵਰਸਦੀਆਂ ਨੇ। ਆਪ ਜਪੈ ਸਮਾਂ ਨੇੜੇ ਹੁੰਦਾ ਜਾ ਰਿਹਾ। ਭਾਈ ਈਰਾ ਸਿੰਘ ਜੀ ਆਖਰੀ ਉਮਰ ਵਿੱਚ ਸਖਤ ਬਿਮਾਰ ਹੋ ਗਏ, ਬਿਸਤਰ 'ਤੇ ਪਏ ਨੇ। ਇੱਕ ਗੁਰੂ ਕਾ ਸੇਵਕ ਲੰਮਾ ਸਮਾਂ ਉਹਨਾਂ ਦਾ ਕੀਰਤਨ ਸੁਣਦਾ ਹੁੰਦਾ ਸੀ। ਜਿੱਥੇ ਸਮਾਗਮ ਹੋਣਾ ਕਰੀਬ ਪਹੁੰਚਣਾ, ਅੱਜ ਵਰਗੇ ਤਾਂ ਸਾਧਨ ਨਹੀਂ ਸਨ। ਉਹਨੂੰ ਪਤਾ ਲੱਗਿਆ ਵੀ ਭਾਈ ਸਾਹਿਬ ਬਹੁਤ ਢਿੱਲੇ ਨੇ ਇਸ ਵੇਲੇ। ਉਹ ਆਇਆ ਅਤੇ ਆ ਕੇ ਉਹਨੇ ਫਤਿਹ ਬੁਲਾਈ। ਭਾਈ ਹੀਰਾ ਸਿੰਘ ਨੇ ਬਿਸਤਰ 'ਤੇ ਪਏ ਨੇ, ਗੱਜ ਕੇ ਫਤਿਹ ਬੁਲਾਈ। ਕਹਿਣ ਲੱਗੇ ਬੈਠੋ, ਕਹਿੰਦੇ ਨਹੀਂ ਬੈਠਣਾ ਨਹੀਂ, ਬਸ ਚੱਲਣਾ ਹੀ ਹੈ। ਕਹਿੰਦੇ ਫਿਰ ਆਇਓ, ਕੁਛ ਛਕਣਾ? ਕਹਿੰਦੇ ਨਹੀਂ ਨਹੀਂ, ਕੰਮ ਸੀ ਕੋਈ? ਕਹਿੰਦੇ ਹਾਂ ਕੰਮ ਸੀ। ਕਹਿੰਦੇ ਕੀ ਕੰਮ ਸੀ? ਕਹਿਣ ਲੱਗੇ ਬਸ ਇਹੋ ਹੀ ਦੇਖਣ ਆਇਆ ਸੀ, ਜਿਹੜਾ ਸਾਰੀ ਜ਼ਿੰਦਗੀ ਚੜ੍ਹਦੀ ਕਲਾ 'ਚ ਕੀਰਤਨ ਕਰਦਾ ਰਿਹਾ, ਹੁਣ ਬੁਢਾਪੇ ਦੀਆਂ ਕਮਜ਼ੋਰੀਆਂ ਨੇ, ਹੁਣ ਮੌਤ ਦੇ ਨੇੜੇ ਆਉਣ ਨੇ, ਕਿਤੇ ਉਹਨੂੰ ਸਿਦਕੋਂ ਡੁਲਾ ਤਾਂ ਨਹੀਂ ਦਿੱਤਾ, ਪਰ ਤੇਰੀ ਫਤਿਹ ਨੇ ਗੱਜ ਕੇ ਦਿੱਤੇ ਹੋਏ ਜਵਾਬ ਨੇ ਮੈਨੂੰ ਦੱਸ ਦਿੱਤਾ। ਹੀਰਾ ਸਿੰਘਾ, ਗੁਰੂ ਅੱਜ ਵੀ ਤੇਰੇ ਨਾਲ ਹੈ, ਤੂੰ ਅੱਜ ਵੀ ਚੜ੍ਹਦੀ ਕਲਾ 'ਚ ਹੈ। ਆਪ ਜਪੈ, ਅਸੀਂ ਆਪ ਕਦੇ ਜਪਜੀ ਸਾਹਿਬ ਦਾ ਸਵਾਦ ਨਹੀਂ ਮਾਣਿਆ, ਅਸੀਂ ਆਪ ਕਦੇ ਗੁਰੂ ਕੀ ਬਾਣੀ ਦਾ ਸਵਾਦ ਨਹੀਂ ਮਾਣਿਆ। ਆਪ ਜਪੈ, ਅਗਲਾ ਕੀ ਹੈ? ਅਵਰੈ ਨਾਮ ਜਪਾਵੈ। ਪੁਰਾਣੇ ਸਮੇਂ ਦੇ ਵਿੱਚ ਇੱਕ ਗੱਲ ਬੜੀ ਪ੍ਰਚਲਿਤ ਸੀ, ਹਰ ਬੰਦਾ ਚਾਹੁੰਦਾ ਸੀ ਭਈ ਮੈਂ ਨਾਮ ਆਪਣੇ ਲਈ ਜਪਾਂ। ਜੋਗੀ ਬੈਠਾ ਬਾਹਰ, ਜਪ ਕਰਦਾ ਪਰ ਆਪਣੇ ਲਈ ਕਰਦਾ, ਦੂਜੇ ਲਈ ਕੁਛ ਨਹੀਂ। ਅਣਗਿਣਤ ਐਸੇ ਲੋਕ ਸਨ ਜਿਹੜੇ ਸਿਰਫ ਆਪਣੇ ਲਈ ਕਰਦੇ ਸਨ। ਗੁਰੂ ਨੇ ਸਿੱਖ ਨੂੰ ਉਹ ਬਣਾਇਆ ਨਹੀਂ ਭਲਿਆ, ਜਿੱਥੇ ਵੀ ਲੋੜ ਹੈ ਤੂੰ ਉੱਥੇ ਖਲੋਣਾ ਹੈ। ਜੇ ਕੋਈ ਬਾਬਰ ਜਾਬਰ ਬਣੇ ਫਿਰ ਤੂੰ ਉਹਨੂੰ ਵੀ ਟੱਕਰਨਾ। ਜੇ ਕਿਸੇ ਗਰੀਬ ਨੂੰ ਮੁਸੀਬਤ ਪੈ ਜਾਏ ਦੁਨਿਆਵੀ ਤੌਰ 'ਤੇ, ਤੂੰ ਪ੍ਰਸ਼ਾਦਾ ਲੈ ਕੇ ਹਾਜ਼ਰ ਹੋ ਜਾਣਾ, ਤੂੰ ਪ੍ਰਸ਼ਾਦਾ ਲੈ ਕੇ ਹਾਜ਼ਰ ਹੋ ਜਾਣਾ। ਜੇ ਲੋੜ ਪਵੇ ਕਿਸੇ ਨੂੰ, ਕੋਈ ਬਿਮਾਰੀ ਪੈ ਜਾਏ,
ਤੂੰ ਦਵਾਈਆਂ ਲੈ ਕੇ ਹਾਜ਼ਰ ਹੋ ਜਾਣਾ। ਪਿਛਲੇ ਦੇ ਸਮੇਂ 'ਚ ਦੇਖਿਆ ਕਰੋਨਾ ਦੇ ਵੇਲੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਉਂਦੀ ਦੁਨੀਆ, ਪਰ ਯਾਦ ਰੱਖਿਓ ਆਕਸੀਜਨ ਦੇ ਲੰਗਰ ਸਿਰਫ ਦੋ ਹੀ ਲਾਉਂਦੇ ਨੇ, ਜਾਂ ਤਾਂ ਰੱਬ ਨੇ ਲੰਗਰ ਲਾਇਆ ਹੋਇਆ ਜਾਂ ਫਿਰ ਗੁਰੂ ਕੇ ਸਿੱਖਾਂ ਨੇ ਲੰਗਰ ਲਾਇਆ ਸੀ। ਆਕਸੀਜਨ ਦੇ ਸਿਲੰਡਰ ਵੀ ਭੇਜੇ ਵੀ ਜਿਹਨਾਂ ਹਸਪਤਾਲਾਂ 'ਚ ਨਹੀਂ ਪ੍ਰਬੰਧ ਹੋ ਸਕਦਾ ਸਿੱਖ ਭੇਜਣਗੇ। ਕਿੱਡੀ ਮਾਣ ਦੀ ਗੱਲ ਹੈ ਸਾਡੀ ਕੌਮ ਲਈ। ਆਪ ਜਪੈ ਅਬਰੈ ਨਾਮ ਜਪਾਵੈ, ਤੂੰ ਸਪੀਕਰ ਲਾ ਲਾ ਕੇ, ਤੂੰ ਨਗਰ ਕੀਰਤਨ ਕੱਢ ਕੱਢ ਕੇ ਦੁਨੀਆਂ ਨੂੰ ਸੁਨੇਹਾ ਦੇਣਾ ਭਈ ਆਓ ਮੇਰੇ ਗੁਰੂ ਦਾ ਸੁਨੇਹਾ ਆ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ, ਸਾਰਿਆਂ ਲਈ ਇੱਕੋ ਜਿਹਾ ਉਪਦੇਸ਼ ਹੈ। ਸਭ ਨੂੰ ਕਿਹਾ ਵੀ ਤੂੰ ਨਾਮ ਜਪ ਭਲਿਓ, ਰੱਬ ਦੇ ਚਰਨਾਂ ਵਿੱਚ ਜੁੜ ਜਾਓ। ਹਜ਼ੂਰ ਨੇ ਕਿਰਪਾ ਕੀਤੀ, ਜਨ ਨਾਨਕ ਧੂਰ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿਹੜਾ ਦੂਜਿਆਂ ਨੂੰ ਵੀ ਨਾਮ ਜਪਾਉਂਦਾ, ਆਪਣੇ ਆਂਢ ਗੁਆਂਢ ਨੂੰ ਵੀ ਦੱਸਦਾ, ਇਹ ਨਹੀਂ ਵੀ ਮੈਂ ਕਿਸੇ ਭੋਰੇ ਵਿੱਚ ਬੈਠ ਕੇ ਨਾਮ ਜਪਣਾ, ਇਹ ਨਹੀਂ ਵੀ ਮੈਂ ਕਿਸੇ ਇਕਾਂਤ ਵਿੱਚ ਬੈਠ ਕੇ ਨਾਮ ਜਪਣਾ, ਇਹ ਨਹੀਂ ਵੀ ਮੈਂ ਨਾਮ ਲਿਆ ਹੋਇਆ ਮੈਂ ਦੂਜੇ ਨੂੰ ਨਹੀਂ ਦੱਸਣਾ। ਨਹੀਂ ਨਹੀਂ, ਤੁਸੀਂ ਕਦੇ ਪੜ੍ਹਿਓ, ਇੱਕ ਲੰਮੀ ਲੜੀ ਹੈ। ਗੁਰੂ ਸਾਹਿਬ ਜੀ ਮੋਦੀਖਾਨੇ ਵਿੱਚ ਨੇ, ਮਲਸਿੰਘਾਂ ਦਾ ਚੌਧਰੀ ਆਇਆ, ਸਿੱਖ ਬਣਿਆ ਭਾਈ ਭਗੀਰਥ। ਭਾਈ ਭਗੀਰਥ ਕੋਲੋਂ ਸੁਣ ਕੇ ਬੋਲ, ਭਾਈ ਮਨਸੁੱਖ ਸਿੱਖ ਬਣਿਆ। ਭਾਈ ਮਨਸਿੱਖ ਕੋਲ ਮਨਸੁੱਖ ਕੋਲੋਂ ਸਿੱਖ ਕੇ ਬੋਲ, ਸ਼ਿਵ ਨਾਭ ਰਾਜਾ ਸਿੱਖ ਬਣਿਆ, ਉਹਦਾ ਰਾਜ ਸਿੱਖ ਬਣਿਆ। ਇੱਕ ਦੂਜੇ ਨੂੰ ਆਪ ਜਪੈ ਅਵਰੈ ਨਾਮ ਜਪਾਵੈ, ਫਿਰ ਤੂੰ ਪ੍ਰਵਾਨ ਸਿੱਖ ਹੋ ਜਾਏਗਾ। ਗੁਰੂ ਤੇਰੇ ਚਰਨਾਂ ਦੀ ਧੂੜੀ ਨੂੰ ਲੋਚੇਗਾ, ਫਿਰ ਸਾਨੂੰ ਕਿਸੇ ਜਥੇਬੰਦੀ ਦੀ ਲੋੜ ਨਹੀਂ ਭਈ ਇਹ ਜਥੇਬੰਦੀ ਮੈਨੂੰ ਸਿੱਖ ਹੋਣ ਦਾ ਸਰਟੀਫਿਕੇਟ ਦੇਵੇ, ਫਿਰ ਕਿਸੇ ਜਥੇਦਾਰਾਂ ਤੋਂ ਸਰਟੀਫਿਕੇਟ ਲਾਉਣ ਦੀ ਲੈਣ ਦੀ ਲੋੜ ਨਹੀਂ। ਤੈਨੂੰ ਗੁਰੂ ਸਿੱਖ ਮੰਨ ਰਿਹਾ, ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ। ਗੁਰੂ ਦੀਆਂ ਨਜ਼ਰਾਂ ਵਿੱਚ ਸਿੱਖ ਬਣ ਜਾਈਏ। ਪ੍ਰੋਫੈਸਰ ਪੂਰਨ ਸਿੰਘ ਦੇ ਬੋਲ ਨਾਲ ਮੈਂ ਸਮਾਪਤੀ ਕਰਨ ਲੱਗਾ। ਉਹ ਕਹਿੰਦੇ, ਤੈਨੂੰ ਦੁਨੀਆ ਵੀ ਸਿੱਖ ਕਹਿੰਦੀ ਹੋਏਗੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਪਹਿਲੀ ਪੰਕਤੀ ਇਹ ਸੀ ਵੀ ਜੇ ਤੈਨੂੰ ਗੁਰੂ ਸਿੱਖ ਮੰਨਦਾ, ਜੇ ਤੂੰ ਗੁਰੂ ਦਾ ਸਿੱਖ ਅਖਵਾਉਣਾ। ਪ੍ਰੋਫੈਸਰ ਪੂਰਨ ਸਿੰਘ ਦਾ ਬੋਲ ਹੈ, ਕਹਿੰਦੇ ਤੈਨੂੰ ਦੁਨੀਆ ਵੀ ਸਿੱਖ ਕਹਿੰਦੀ ਹੋਏਗੀ, ਤੂੰ ਆਪਣੇ ਆਪ ਨੂੰ ਵੀ ਸਿੱਖ ਮੰਨਦਾ ਹੋਏਗਾ, ਪਰ ਸੱਚ ਕਰਕੇ ਦੱਸ, ਤੈਨੂੰ ਗੁਰੂ ਸਿੱਖ ਮੰਨਦਾ? ਜਿੱਦਣ ਤੈਨੂੰ ਗੁਰੂ ਨੇ ਸਿੱਖ ਮੰਨ ਲਿਆ, ਫਿਰ ਕਿਸੇ ਦੀ ਪਰਵਾਹ ਨਹੀਂ ਹੈ। ਇੰਨੀ ਬੇਨਤੀਆਂ ਕਬੂਲ ਕਰਨਾ, ਸਮੇਂ ਦੀ ਅਵੱਗਿਆ ਨਹੀਂ ਕਰਨੀ। ਸਭਨਾਂ ਦਾ ਧੰਨਵਾਦ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।